ਪੰਜਾਬ ਸਰਕਾਰ ਵੱਲੋਂ ਸਮਾਣਾ ਦੇ ਸਰਕਾਰੀ ਐਨੀਮਲ ਸਕੂਲ ਲਈ ਜਿਹੜੇ ਬੋਇਜ਼ ਸਕੂਲ ਹੈ ਉਸ ਦੇ ਲਈ ਇੱਕ ਬੱਸ ਦੇਈ ਗਈ, ਵਿਦਿਆਰਥੀਆਂ ਦੇ ਲਈ ਬੱਸ ਦੇਈ ਗਈ ਹੈ ਸਰਕਾਰ ਵੱਲੋਂ। ਜਿਹੜੇ ਵਿਦਿਆਰਥੀ ਪਿੰਡਾਂ ਤੋਂ ਆਉਂਦੇ ਹੈ ਉਹਨਾਂ ਨੂੰ ਇਸਦਾ ਕਿੰਨਾ ਫਾਇਦਾ ਹੋਵੇਗਾ, ਕਿਉਂਕਿ ਸਰਦੀ ਹੈ, ਗਰਮੀ ਹੈ, ਮੀਂਹ ਹੈ, ਹਨੇਰੀ ਹੈ, ਉਸ ਮੌਸਮ ਦੇ ਵਿੱਚ ਬੱਚਿਆਂ ਨੂੰ ਇਹ ਬੱਸ ਦਾ ਫਾਇਦਾ ਪਹੁੰਚਿਆ ਵਿਦਿਆਰਥੀਆਂ ਨੂੰ। ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਜਗਤ ਸਿੰਘ ਜੋੜਾ ਮਾਜਰਾ ਖੁਦ ਇੱਥੇ ਆਏ ਹਨ। ਉਹਨਾਂ ਵੱਲੋਂ ਇਸ ਬੱਸ ਦੇ ਵਿੱਚ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਚੜ੍ਹਾਇਆ ਜਾ ਰਿਹਾ। ਵਿਦਿਆਰਥੀ ਜਿਹੜੇ ਹੈ ਉਹ ਬੱਸ ਦੇ ਵਿੱਚ ਜਾਣਗੇ ਆਪਣੇ ਘਰਾਂ ਨੂੰ। ਉਸ ਦੇ ਤਹਿਤ ਜਿਹੜੇ ਵਿਦਿਆਰਥੀਆਂ ਨੂੰ ਕਿੰਨਾ ਫਾਇਦਾ ਹੋਣਾ ਹੈ, ਗੱਲਬਾਤ ਵੀ ਕਰਾਂਗੇ, ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਨਾਲ, ਮੰਤਰੀ ਸਾਹਿਬ ਨਾਲ ਵੀ, ਇਸ ਬੱਸ ਦੇ ਕਿੰਨਾ ਕਿਸ 'ਤੇ ਪੈਸਾ ਖਰਚ ਕਰਿਆ ਸਰਕਾਰ ਨੇ, ਸਕੂਲ ਦੀ ਪ੍ਰਿੰਸੀਪਲ ਖੜੇ। ਪਹਿਲੇ ਮੈਡਮ ਨਾਲ ਗੱਲ ਕਰਦੇ ਹਾਂ। ਮੈਡਮ, ਸਰਕਾਰ ਵੱਲੋਂ ਜਿਹੜੀ ਬੱਸ ਦਿੱਤੀ ਗਈ ਵਿਦਿਆਰਥੀਆਂ ਨੂੰ, ਤੁਹਾਡੇ ਸਕੂਲ ਨੂੰ ਕੀ ਕਹਿਣਾ ਤੁਹਾਡਾ? ਸਰ, ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਪੂਰੇ ਸਮਾਣਾ ਬਲਾਕ ਦੇ ਵਿੱਚ ਉਹਨਾਂ ਨੇ ਇਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ, ਅਤੇ ਉਸ ਤੋਂ ਬਾਅਦ ਜੋ ਸਕੂਲ ਆਫ ਐਮੀਨੈਂਸ ਨੂੰ ਸਰਕਾਰ ਨੇ ਸੁਵਿਧਾਵਾਂ ਦਿੱਤੀਆਂ ਨੇ ਉਹਦੇ ਲਈ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਮੇਨ ਜਿਹੜਾ ਚੈਲੰਜ ਸੀ ਸਾਡੇ ਲਈ, ਸਭ ਤੋਂ ਵੱਡੀ ਦਿੱਕਤ ਸੀ ਕਿ ਬੱਚੇ 15-20 ਕਿਲੋਮੀਟਰ ਤੋਂ ਵੱਧ ਖੇਤਰ ਤੋਂ ਦੂਸਰੇ ਪਿੰਡਾਂ 'ਚੋਂ ਬੱਚੇ ਆ ਰਹੇ ਸੀ, ਅਤੇ ਜਿਨ੍ਹਾਂ ਲਈ ਬਹੁਤ ਹੀ ਵੱਡੀ ਸਾਨੂੰ ਮੁਸ਼ਕਿਲ ਆ ਰਹੀ ਸੀ, ਕਿਉਂਕਿ ਉੱਥੇ ਵੀ ਲੋਕਲ ਲੈਵਲ 'ਤੇ ਉਹਨਾਂ ਕੋਲ ਸਕੂਲ ਹੈਗੇ ਆ, ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਕੂਲ ਆਫ ਐਮੀਨੈਂਸ 'ਚ ਫਿਰ ਡਿਫਰੈਂਟ ਚੀਜ਼ ਕੀ ਹੈ, ਨਵੀਂ ਚੀਜ਼ ਕੀ ਹੈ। ਤਾਂ ਜਿਹੜੀ ਇਹ ਟਰਾਂਸਪੋਰਟ ਫੈਸਿਲਿਟੀ ਹੈ ਇਹ ਸਭ ਤੋਂ ਵਧੀਆ ਚੀਜ਼ ਇਹ ਬੱਚਿਆਂ ਨੂੰ ਲੱਗੀ। ਮੈਡਮ, ਬੱਸ ਤੋਂ ਦੇਤੀ, ਇਸਕੇ ਬਾਅਦ ਮੇਨਟੇਨੈਂਸ, ਡਰਾਈਵਰ ਕੀ ਤਨਖਾਹ, ਪੈਟਰੋਲ, ਡੀਜ਼ਲ ਵਗੈਰਾ ਦਾ ਖਰਚਾ, ਇਸਕੇ ਪ੍ਰਬੰਧ ਮੁਕੰਮਲ ਹੋ ਗਏ ਸਾਰੇ? ਸਰ, ਇਹਦੇ ਵਿੱਚ ਕੁਛ ਅਸੀਂ 960 ਰੁਪਏ ਸਰ ਸਰਕਾਰ ਵੱਲੋਂ ਆਣਗੇ, 240 ਬੱਚਿਆਂ ਵੱਲੋਂ, ਤੇ ਕੁਛ ਸਾਨੂੰ MLA ਸਾਹਿਬ ਤੋਂ ਅਸੀਂ ਫੰਡ ਸਰ ਸਪੌਂਸਰ ਕਰਵਾਇਆ ਮੰਤਰੀ ਸਾਹਿਬ ਵੱਲੋਂ ਅਸੀਂ, ਤੇ ਉਹਨਾਂ ਵੱਲੋਂ ਸਾਨੂੰ ਸਰ ਮਿਲੇ ਨੇਗੇ। ਪੂਰੇ 3 ਸਾਲ ਲਈ ਉਹਨਾਂ ਨੇ ਸਾਨੂੰ ਸਰ ਪੂਰਾ ਆਸ਼ਵਾਸਨ ਦਿੱਤਾ ਆ ਸਾਨੂੰ, ਮਤਲਬ ਵੀ ਸਾਨੂੰ 3 ਸਾਲ ਉਹ ਫੰਡ ਉਹ ਦੇਣਗੇ ਸਰ। ਤੁਸੀਂ ਸਕੂਲ ਕਮੇਟੀ ਦੇ PTA ਮੈਂਬਰ ਵੀ ਹੋ? ਹਾਂਜੀ ਹਾਂਜੀ। ਕੀ ਕਹਿਣਾ ਤੁਹਾਡਾ ਜੇ ਪ੍ਰਯਾਸ? ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ, ਜਿਹੜਾ ਬੱਚਿਆਂ ਲਈ ਇੰਨਾ ਵਧੀਆ ਉਪਰਾਲਾ ਕਰਕੇ ਬੱਸ ਅਰੇਂਜ ਕਰਕੇ ਸਕੂਲ ਨੂੰ ਦਿੱਤੀ ਹੈ। ਮੈਂ ਸਮਝਦਾ ਵੀ ਇਹਦੇ ਨਾਲ ਬੱਚਿਆਂ 'ਚ ਉਤਸ਼ਾਹ ਵਧੇਗਾ, ਤੇ ਪਿੰਡਾਂ 'ਚ ਜਿਹੜੇ ਬੱਚੇ ਆਉਂਦੇ ਨੇ ਉਹ ਹੋਰ ਬੱਚੇ ਵਿਦਿਆਰਥੀ ਬੱਸ ਨਾ ਹੋਣ ਕਰਕੇ, ਸਾਧਨ ਨਾ ਹੋਣ ਕਰਕੇ ਬੰਦੇ ਵੀ ਰਹਿ ਜਾਂਦੇ ਇਸ ਪੜ੍ਹਾਈ ਤੋਂ, ਇਹ ਬੱਚੇ ਜਿਹੜੇ ਪਿੰਡਾਂ ਤੋਂ ਆਉਂਦੇ ਗੱਲਬਾਤ ਵੀ ਕਰਦੇ, ਤੁਹਾਨੂੰ ਇਹ ਬੱਸ ਮਿਲੀ ਹੈ। ਕੀ ਬੇਟਾ, ਕੀ ਨਾਮ ਤੁਹਾਡਾ? ਹਾਂਜੀ। ਕਿਹੜੀ ਕਲਾਸ 'ਚ ਪੜ੍ਹਦੇ ਹੋ? 9th ਹੈ ਸਰ। ਕਿੱਥੋਂ ਆਉਂਦੇ ਹੋ? ਜੀ, ਅਸੀਂ ਲੋਕਲ ਆਂਗੇ। ਲੋਕਲ ਹੈ। ਕੋਈ ਪਿੰਡ ਦਾ ਬੱਚਾ ਵੀ ਇੱਥੇ? ਹਾਂਜੀ। ਹਾਂ, ਕੀ ਨਾਮ ਪੜ੍ਹਦੇ ਤੇਰਾ? ਕਮਲਪ੍ਰੀਤ ਕੌਰ। ਹਾਂ, ਕਿਹੜੇ ਪਿੰਡੋਂ ਆਉਂਦੇ ਹੋ ਤੁਸੀਂ? ਲੁਟਕੀ ਮਾਜਰਾ। ਲੁਟਕੀ ਮਾਜਰਾ। ਹਾਂਜੀ। ਕਿਹੜੀ ਕਲਾਸ 'ਚ ਪੜ੍ਹ ਰਹੇ ਹੋ? 9th ਹੈ ਸਰ ਕਲਾਸ। ਜਿਹੜੀ ਇਹ ਬੱਸ ਲਾਈ ਹੈ ਤੁਹਾਡੇ ਵਾਸਤੇ, ਹਾਂਜੀ, ਕਿੰਨਾ ਤੁਸੀਂ ਮਹਿਸੂਸ ਕਰ ਰਹੇ ਹੋ ਫਾਇਦਾ ਪਹੁੰਚਿਆ ਤੁਹਾਨੂੰ? ਬਹੁਤ ਹੀ ਮਤਲਬ ਵਧੀਆ ਕੀਤਾ ਹੈ ਉਹਨੇ ਸਾਨੂੰ ਲਾ ਕੇ, ਮਤਲਬ ਸਾਡੇ ਘਰ ਦੇ ਵੀ ਬਹੁਤ ਪਰੇਸ਼ਾਨ ਹੁੰਦੇ ਸੀ ਸਾਨੂੰ, ਸਵੇਰੇ ਸਵੇਰੇ ਛੱਡ ਕੇ ਆਉਂਦੇ ਸੀ, ਫਿਰ ਆਉਂਦੇ ਹੋਏ ਲੈ ਕੇ ਵੀ ਜਾਂਦੇ ਸੀ, ਉਹ ਮਤਲਬ ਕੰਮ ਦੇ ਵੀ ਨਹੀਂ ਜਾਂਦੇ ਹੁੰਦੇ ਸੀ, ਇੰਨਾ ਮਤਲਬ ਛੱਡ ਦਿੰਦੇ ਹੁੰਦੇ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਧੁੰਦ ਪੈਂਦੀ ਸੀ, ਧੁੰਦਾਂ 'ਚ ਕਿੰਨੀ ਮੁਸ਼ਕਿਲ ਆਉਂਦੀ ਸੀ? ਬਹੁਤ ਮੁਸ਼ਕਿਲ ਹੁੰਦੀ ਸੀ, ਇੰਨੀ ਠੰਡ ਜਾਣਾ ਪੈਂਦਾ ਹੁੰਦਾ ਸੀ। ਜੀ, ਹਰਮੇਸ਼ ਕੁਮਾਰ ਆ। ਕਿੱਥੋਂ ਦੇ ਤੁਸੀਂ? ਮੈਂ ਮਰੌੜੀ ਤੋਂ ਹਾਂ। ਮੇਰਾ ਬੱਚਾ ਪੜ੍ਹਦਾ ਇੱਥੇ SOE 'ਚ, 9th ਕਲਾਸ 'ਚ, ਤੇ ਅਸੀਂ ਇਹਦੇ ਬਹੁਤ ਪਰੇਸ਼ਾਨ ਸੀ ਜੀ। ਅਸੀਂ ਦੇਖੋ ਪਹਿਲਾਂ ਤਾਂ ਆਪਣੀ ਦਿਹਾੜੀ ਛੱਡਦੇ ਸੀ, ਤਾਂ ਅਸੀਂ ਆਪਣੀ ਦਿਹਾੜੀ ਕਰਨ ਜੋਗੇ ਸੀ। ਪਹਿਲਾਂ ਬੱਚੇ ਨੂੰ ਸਵੇਰੇ 8 ਵਜੇ ਛੱਡ ਕੇ ਜਾਣਾ, ਫਿਰ ਲੈ ਕੇ ਜਾਣਾ, ਤੇ ਸਾਨੂੰ ਬਹੁਤ ਪਰੇਸ਼ਾਨੀ ਸੀ ਜੀ ਇਹਦੇ ਨਾਲ। ਸਾਡੀ ਬਹੁਤ ਵਧੀਆ ਇਹ ਸਰਕਾਰ ਦਾ ਉਪਰਾਲਾ, ਜਿਹਦੇ ਨਾਲ ਜਿਹੜੇ ਗਰੀਬ ਮਾਂ ਬਾਪ ਉਹਨਾਂ ਦਾ ਮਤਲਬ ਇਹ ਬਹੁਤ ਵਧੀਆ, ਉਹ ਆਪਣਾ ਰੁਜ਼ਗਾਰ ਵੀ ਛੱਡ ਗਏ ਸੀ। ਨਹੀਂ ਤਾਂ ਬੱਸ ਲਾਈ ਗਈ ਹੈ, ਬੱਸ ਨਾਲ ਵਿਦਿਆਰਥੀ, ਖਾਸ ਕਰਕੇ ਲੜਕੀਆਂ, ਜਿਨ੍ਹਾਂ ਨੂੰ ਪਿੰਡਾਂ 'ਚੋਂ ਆਉਣ 'ਚ ਮਾਂ ਬਾਪ ਵੀ ਕਈ ਗੁਰੇਜ ਕਰਦੇ ਵੀ ਸਾਧਨ ਨਹੀਂ ਹੈ, ਕਿਸ ਤਰ੍ਹਾਂ ਸਕੂਲ ਭੇਜਾਂ, ਗਰੀਬ ਮਾਪੇ ਹੁੰਦੇ ਨਹੀਂ ਇੰਨਾ ਪੈਸਾ ਖਰਚ ਕਰ ਸਕਦੇ, ਇਸ ਬੱਸ ਦਾ ਫਾਇਦਾ ਪਹੁੰਚੇਗਾ। ਕੈਮਰਾਮੈਨ BK ਗਰਗ ਦੇ ਨਾਲ ਪੁਰਸੋਤਮ ਕੌਸ਼ਿਕ, ਨਿਊਜ਼ 18, ਪੰਜਾਬ, ਸਮਾਣਾ।